ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸਭ ਠੀਕ ਠਾਕ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਉਸ ਆਪਣਾ ਕੰਮ ਹੈ ਜਿਹੜਾ ਹੈ ਨਾ ਕੰਪਲੀਟ ਹੋਇਆ, ਤੁਹਾਨੂੰ ਅੱਜ ਉਹ ਦਿਖਾਉਂਦੇ ਹਾਂ। ਅਤੇ ਇੱਕ ਮਾਫ਼ੀ ਚਾਹੁੰਦੇ ਹਾਂ, ਕਾਫ਼ੀ ਟਾਈਮ ਤੋਂ ਵੀਡੀਓ ਨਹੀਂ ਆ ਸਕੀ ਹੈ ਨਾ, ਉਹਦਾ ਕਾਰਨ ਹੈਗਾ ਸੀ, ਇੱਕ ਦੋ ਤੁਹਾਡੇ ਨਾਲ ਬਾਅਦ 'ਚ ਸ਼ੇਅਰ ਕਰੂੰਗਾ ਵੀ ਕੀ ਕਾਰਨ ਸੀਗਾ। ਅਤੇ ਇੱਦਾਂ ਹੀ ਕੁਛ ਕੁ ਅੜਿੱਕੇ ਤੁਹਾਨੂੰ ਪਤਾ ਲੱਗ ਜਾਂਦੇ ਨੇ ਹੈ ਨਾ। ਅਤੇ ਆਪਣਾ ਜਿਹੜੀ ਰੂਮ ਵਗੈਰਾ ਹੈ ਨਾ, ਅਸੀਂ POP ਵਾਲੀ ਸੀਲਿੰਗ ਵਗੈਰਾ, ਉਹਦੇ ਵਿੱਚ ਕਾਫ਼ੀ ਕੰਮ ਹੋਇਆ ਲੱਕੜ ਦਾ, ਅਤੇ ਤੁਹਾਨੂੰ ਉਹ ਦਿਖਾਉਣੇ ਆ ਥੋੜ੍ਹਾ ਬਹੁਤ ਹੈ ਨਾ। ਅਤੇ ਬਾਕੀ ਜਿੰਨਾ ਵੀ ਰੈਡੀ ਹੋ ਗਿਆ ਸਾਰਾ ਤੁਹਾਨੂੰ ਉਹ ਦਿਖਾਉਣੇ ਆ। ਅਤੇ ਬਾਕੀ ਕੰਮ ਆਪਣਾ ਨਵੀਂ ਲੱਗਿਆ ਹੋਇਆ ਹੈ ਨਾ, ਅਤੇ ਕੁਛ ਕੁ ਜਾਣਕਾਰੀ ਨੇ ਇੱਕ ਦੋ ਵੀ ਦੇਵਾਂਗੇ ਤੁਹਾਨੂੰ। ਅਤੇ ਆ ਜਾਓ, ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਲਓ ਜੀ, ਤੁਸੀਂ ਦੇਖ ਸਕਦੇ ਹੋ ਨਾ, ਛੱਤ ਦਾ ਆਪਣਾ ਕੰਮ ਆ ਜਿਹੜਾ ਉਹ ਰੈਡੀ ਹੋ ਗਿਆ। ਦੇਖੋ, ਅਤੇ ਇੱਦਾਂ ਦੀ ਇਹ ਸਾਰੀ ਛੱਤ ਬਣੀ ਆ। ਦੇਖੋ, ਇਹ ਹੈਗੀ ਲੋਬੀ, ਲੋਬੀ ਹੈ ਥੱਲੋਂ। ਆਹ ਦੇਖੋ, ਇਹ ਲੋਬੀ ਹੋ ਗਈ ਹੈ ਨਾ, ਅਤੇ ਆ ਉੱਪਰ ਅਸੀਂ ਆਹ ਚੀਜ਼ ਬਣਾਈ ਆ। ਤੁਸੀਂ ਦੇਖ ਸਕਦੇ ਹੋ ਨਾ ਕਿੰਨੀ ਘੈਂਟ ਚੀਜ਼ ਬਣੀ ਹੋਈ ਆ। ਅਤੇ ਉੱਧਰ ਆਪਾਂ ਨੇ ਪਾਈ ਹੋਈ ਆ ਜਾਲੀ, ਆਹ ਦੇਖੋ ਇੱਦਾਂ ਇਹ ਜਾਲੀ ਹੈ ਨਾ ਸਾਰੀ। ਇੱਧਰ ਫਰੇਮ ਬਣਾ ਲਿਆ ਸੀ ਸਾਈਡ ਤੋਂ, ਆਹ ਦੇਖੋ, ਠੀਕ ਹੈ, ਐਂ ਬਣਾ ਕੇ ਇਹਦੇ ਵਿੱਚ ਦੀ ਪੇਚ ਲਾ ਕੇ POP ਇਹਦੇ ਵਿੱਚ ਬਣਾ ਲਿਆ ਪਤਾਮ। ਅਤੇ ਇੱਦਾਂ ਪਾਰਟ ਬਣਿਆ ਹੋਇਆ, ਅਤੇ ਇੱਦਾਂ ਬਾਕਸ ਬਣਿਆ ਹੋਈਆਂ। ਦੇਖੋ ਕਿੰਨੇ ਘੈਂਟ ਲੱਗਦੇ ਨੇ, ਦੇਖੋ ਵਧੀਆ ਲੱਗਦੇ ਨਾ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਨਾ, ਅਤੇ ਪੂਰੀ ਘੈਂਟ ਗੱਲਬਾਤ ਬਣ ਗਈ ਹੈ ਨਾ। ਇੱਧਰ ਵੀ ਦਿਖਾ ਦੇਵਾਂ ਤੁਹਾਨੂੰ ਕਿੱਦਾਂ ਦੀ ਲੁੱਕ ਆ ਰਹੀ ਹੈ। ਬਾਕੀ ਹਜੇ ਕੰਮ ਰੈਡੀ ਹੋਣ ਵਾਲਾ, ਹਜੇ ਪੇਂਟ ਵਗੈਰਾ, ਕਿਉਂਕਿ ਉਹ ਦੇਖੋ ਪੁਰਾਣੀ ਹੋਇਆ ਹੋਇਆ ਪੇਂਟ ਆ ਜਿਹੜਾ ਹਰੇ ਰੰਗ ਦਾ, ਇਹਦੀ ਲੁੱਕ ਨਹੀਂ ਕੱਢ ਰਿਹਾ ਥੋੜ੍ਹੀ ਜਿਹੀ, ਹੈ ਨਾ, ਉਹਦੇ ਕਰਕੇ ਪ੍ਰੋਬਲਮ ਹੈ। ਅਤੇ ਬਾਕੀ ਤੁਹਾਨੂੰ ਹੋਰ ਦੱਸ ਦੇ, ਇੱਦਾਂ ਹੈ ਨਾ ਅਸੀਂ ਆਹ ਸਿੰਪਲ ਡੋਰ ਬਣਾਏ ਨੇ, ਪਲੱਸ ਡੋਰ ਕਰਤੇ, ਇਹ ਹੈਗੇ ਸੀ ਪਹਿਲਾਂ ਦੂਸਰੇ ਆਪਣੇ ਉਹਦੇ ਵਾਲੇ ਸਿੰਪਲ ਜਿਹੜੇ ਡੋਰ ਹੁੰਦੇ ਨੇ ਆਪਣੇ ਇੱਦਾਂ ਦੇ, ਇਹਨੂੰ ਅਸੀਂ ਪਲੇਨ ਕਰਕੇ ਇਹਦੇ ਉੱਤੇ MDF ਲਗਾ ਕੇ ਅਤੇ ਇਹਨੂੰ ਬਣਾ ਤਾ ਫਲੱਸ਼ ਡੋਰ, ਹੈ ਨਾ। ਆਹ ਦੇਖੋ, ਇੱਧਰੋਂ ਪਤਾ ਲੱਗ ਗਿਆ ਤੁਹਾਨੂੰ, ਅਤੇ ਕੁਛ ਨਹੀਂ ਹੋਇਆ, ਜਾਣੀ ਵਧੀਆ ਬਣ ਗਏ, ਠੀਕ ਹੈ ਜੀ। ਡੋਰ ਇੱਦਾਂ ਦੇ ਵਧੀਆ ਬਣ ਗਏ, ਫਲੱਸ਼ ਡੋਰ ਬਣ ਗਏ ਪੂਰੀ ਘੈਂਟ, ਹੈ ਨਾ। ਜੇ ਤੁਹਾਡੇ ਮੰਨ ਲਓ ਕਿਸੇ ਦਾ ਕਸਟਮਰ ਦਾ ਹੈ ਨਾ ਪੁਰਾਣੇ ਗੇਟ ਨੇ, ਹੈ ਨਾ, ਅਤੇ ਉਹਨਾਂ ਨੂੰ ਪੱਧਰ ਵਗੈਰਾ ਕਰਕੇ ਆਪਾਂ ਸਨਮੈਕਾ ਲਾ ਕੇ ਜਾਣੀ ਕਿ ਫਲੱਸ਼ ਡੋਰ ਦੇ ਵਿੱਚ ਬਦਲ ਸਕਦੇ ਹਾਂ। ਅਤੇ ਆ ਜਾਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਥੱਲੇ। ਅਤੇ ਇੱਦਾਂ ਇਹ ਸਾਰਾ ਕੰਮ ਹੋ ਗਿਆ, ਅਤੇ ਇੱਕ ਦੋ ਸੀਨ ਆਪਾਂ ਜੇ ਹੋਰ ਲੈ ਲਈਏ ਘੈਂਟ ਜੇ। ਇੱਕ ਬਣ ਗਿਆ ਮੇਨ ਡੋਰ, ਇੱਧਰ ਮੇਨ ਡੋਰ ਖੈਰ ਸਿੰਪਲ ਹੀ ਆ ਨਾ, ਇਹਦੇ ਵਿੱਚ ਕੋਈ ਬਾਹਲਾ ਉਹ ਨਹੀਂ ਹੈਗਾ, ਹੈ ਨਾ, ਸਿੰਪਲ ਡੋਰ ਬਣਾਇਆ। ਅਤੇ ਆਹ ਬਣਿਆ ਜਾਲੀ ਵਾਲਾ, ਤੁਹਾਨੂੰ ਲਾ ਕੇ ਦਿਖਾ ਦਾ, ਬਾਹਲਾ ਉਹ ਨਹੀਂ ਕਰਿਆ, ਸਿੰਪਲ ਹੀ ਬਣਾਇਆ, ਹੈ ਨਾ ਡੋਰ। ਅਤੇ ਕੰਮ ਵਗੈਰਾ ਇੱਧਰ ਲੋਬੀ ਦਾ ਚੱਲ ਰਿਹਾ ਹਜੇ, ਜਿਵੇਂ LCD ਹੋ ਗਈ ਹੈ ਨਾ ਲੋਬੀ ਵਾਲੀ, ਇਹ ਵੀ ਰੈਡੀ ਹੋ ਰਹੀ ਆ। ਅਤੇ ਬਾਕੀ ਆਹ ਵੀ ਪਾਰਟ ਅਸੀਂ ਇਹਦੇ ਤਿਆਰ ਕਰਨਾ, ਇੱਥੇ ਗਲਾਸ ਲੱਗਣਾ, ਪੂਰੀ ਘੈਂਟ ਗੱਲਬਾਤ ਬਣ ਗਈ ਹੈ ਨਾ। ਬਾਕੀ ਉਹ ਟੇਬਲ ਬਣਾਇਆ ਸੀ, ਉਹ ਬਾਕਸ ਵਗੈਰਾ ਵੀ ਲੱਗਣੇ ਨੇ ਹਜੇ, ਯਾਨੀ ਇਹ ਪੰਜ ਚਾਰ ਚੀਜ਼ਾਂ ਹਜੇ ਰਹਿੰਦੀਆਂ ਨੇ। ਅਤੇ ਇੱਕ ਅਸੀਂ ਆਹ ਦੇਖੋ ਮੰਦਰ ਬਣਾਇਆ, ਇੱਧਰ ਮੰਦਰ, ਹੈ ਨਾ, ਆਹ ਬਣਾ ਲਿਆ, ਇਹਦਾ ਵੀ ਥੋੜ੍ਹਾ ਜਿਹਾ ਹਜੇ ਰਹਿਣਾ ਕੰਮ, ਯਾਨੀ ਕਿ ਲਾਸਟ ਚੱਲ ਰਿਹਾ ਬਸ, ਐਂ ਮੈਨੂੰ ਲਾਸਟ ਸੀਨ ਹੈ ਆਪਾਂ। ਅਤੇ ਇੱਦਾਂ ਸਾਰਾ ਕੰਮ ਕਾਰ ਚੱਲੀ ਜਾਂਦਾ। ਅਤੇ ਇੱਕ ਬੈਡਰੂਮ ਹਜੇ ਆਪਾਂ ਇਹਦੀ ਵੀਡੀਓ ਲੈ ਕੇ ਨਹੀਂ ਆਏ ਹੈਗੇ, ਇਹ ਵੀ ਹਜੇ ਰਹਿ ਗਿਆ ਸੀਗਾ, ਫਿਰ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ। ਅਤੇ ਇੱਦਾਂ ਦੀ ਹੈ ਨਾ, ਇਹ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਤਿਆਰ ਹੋ ਗਿਆ, ਹੁਣ ਉਸ ਤੋਂ ਬਾਅਦ ਇੱਕ ਫਾਈਨਲ ਟੱਚ ਵਾਲੀ ਵੀਡੀਓ ਬਣਾਵਾਂਗੇ ਆਪਾਂ ਸਾਰੀ। ਅਤੇ ਮੰਦਰ ਬਣਿਆ ਹੋਇਆ ਇੱਦਾਂ, ਦੇਖੋ ਆਹ ਮੰਦਰ ਬਣਿਆ ਹੋਇਆ, ਹੈ ਨਾ। ਅਤੇ ਬਾਕੀ ਇਹਦੇ ਵੀ ਹਜੇ ਆਪਾਂ ਨੇ ਕਟਿੰਗ ਵਗੈਰਾ CNC ਕਰਾਉਣੀ ਆ, ਹੈ ਨਾ ਸਾਰੀ, ਇਹ ਵੀ ਤੁਹਾਨੂੰ ਦਿਖਾਵਾਂ ਕਿੱਦਾਂ ਕੀ ਗੱਲਬਾਤ ਆ। ਅਤੇ ਬਸ ਵੀਡੀਓ ਬਣਾਉਣ ਦਾ ਮਕਸਦ ਇੰਨਾ ਹੀ ਹੁੰਦਾ ਹੈ ਨਾ, ਵੀ ਚਲੋ ਤੁਹਾਨੂੰ ਕੋਈ ਆਈਡੀਆ ਮਿਲ ਜਾਵੇ ਮਾੜਾ ਮੋਟਾ ਕੋਈ ਤੁਹਾਡਾ, ਹੈ ਨਾ, ਜਿਵੇਂ ਆਪਾਂ ਕਿਸੇ ਦੇ ਕੰਮਕਾਰ ਕਰਦੇ ਹਾਂ ਨਾ, ਜਿਵੇਂ ਮੰਨ ਲਓ ਆਹ ਮੰਦਰ ਹੈ, ਆਪਾਂ ਇਹ ਦਿਖਾ ਸਕਦੇ ਹਾਂ ਵੀਡੀਓ ਦੇ ਵਿੱਚ ਆਪਣੀ 'ਚ, ਹੈ ਨਾ, ਵੀ ਇੱਦਾਂ ਦਾ ਬਣੂੰਗਾ ਜੀ, ਉਹ ਬਣ ਗਿਆ। ਹੁਣ ਜਿਵੇਂ ਆਪਾਂ ਕੋਈ ਮੰਨ ਲਓ LCD ਦੇ ਲੋਬੀ ਵਾਲੀ LCD ਦਾ ਕੋਈ ਡਿਜ਼ਾਇਨ ਆਪਣੇ ਨਹੀਂ ਸਮਝ ਆ ਰਿਹਾ, ਆਪਾਂ ਇਹ 'ਚੋਂ ਕਾਪੀ ਕਰ ਸਕਦੇ ਹਾਂ,
ठीक है, इदा का जानी सारा है ना। तो बाकी असं इधर बनाई एक छोटी जी क्रॉकरी अलमीरा, देख सकते हो क्रॉकरी अलमीरा बन गई। ये गिलास वगैरह जो रेंदे नहीं पैन वाले वो भी आप पावे है ना। इदा जानी कम कार सारा चली जाता। तो बाकी इतने होना शीशे का काम, देखो ये पीस वगैरह ए बना के पहला सारे बन गए फरमे, फरमिया तो बाद होगी रेडी। ये वाल है जी हाईलाइट होनी है भी, वह बॉक्स लगने उधर, ठीक है जी। तो ये हो गया क्रॉकरी वाली अलमीरा होगी। बाकी इधर असी सिंक वगैरह का कम करे है ना, आ थोड़ी इधर जाली जी पाई सी एक जिमें आह चीज़ है। ये सारा जानी कि फाइनल टच हो गया, जो उस तो बाद जरूर पूरी फुल वीडियो लेके आवेंगे थोड़े लिए है ना। तो आह किचन वगैरह रेडी हुई हुई है, यदा भी यानी कि सिंपली होया कम है ना, बाला ये यानी कि नहीं होया है भी। इदा सारा कम कार चली जाता है ना रब की कृपा के नाल। बाकी एक इधर ड्रैसिंग रूम दिखा देना थोड़ा, चलो उधर लाइट लगी हुई है, ड्रैसिंग रूम दिखा देना हजे। देखो इदा का असी ये बनाया है ना, सोहना बन गया खैर, सिंपल और वधिया बस मेन है भी सिंपल। देखो तीन कलर असी यूज करें ये इदा सारा चली जाता कम कार। बाकी ये भी ड्रॉर वगैरह सारा वो बने पे ने, कल उन्होंने रेडी रूडी करके है ना, ये भी आप थोड़ी वीडियो जरूर बनावे। बाकी अज की वीडियो आप देख रहे इतनी करते हैं बंद। बाकी तुम्हें एक चीज़ होर दस दी, हजे साडा ड्रैइंग रूम का कम रहा इतने पार्टीशन करके ना, वो ऐ गलास खड़े करने, ये भी जानी रह गया दीगा हजे। बाकी को उत्थे भी शीशा लगना लुकिंग इदा का जानी सारी मकार है होना गा, बस लवी लग गया हूँ तो है ना, पूरी घेंट गलबात बन जूगी। बाकी लैदर लूदर के फरमे वगैरह भी हजे थोड़े बहुत रेंदे ने है ना, वो भी थानू सारे आप जो रेडी हो गए, लैदर लग गई, वालपेपर लग गए है ना, पूरा जानी पेंट वगैरह का यानी टैक्चर पेंट जो भी जानी सारा अपना रेडी हो गया। तो फिर दिखावे देखियो तुम कि घेंट गलबात होनी पूरी, आप रही नाल काम कर एक थोड़ा पोर्च के भी थोड़ा काम कर दिखा दी आप। इधर भी थोड़ा जहा ना कम अपना होया लकड़ का। सो अज की आप हम वीडियो इतनी कर दे खत्म, जी वीडियो वधिया लगी लाइक शेयर कमेंट जरूर कर दे है ना। चलो किसी का फायदा हो जाता, माड़ा मोटा डे नहीं कोई समझ आ जाए है ना, नहीं कोई गलबात पता लगी। तो बाकी आप हम वीडियो रेगूलर लेके आया करा है ना, कुछ क हैगिया सी गल तो दसूँ बाद चो है ना, तो कुछ कड़के लग गए उस करके वीडियो आप नहीं बना सके। तो अज की वीडियो आप इतनी कर दिया बंद, जो वीडियो वधिया लगी लाइक शेयर कमेंट जरूर कर दे जी। ओके सत श्री अकाल, बाय बाय।